ਨਜ਼ਰ ਰੱਖਸੋ। ਪੈਸਟ ਸਕਾਊਟਿੰਗ ਦੇ ਫਾਇਦੇ ਇਹ ਹੁੰਦੇ ਨੇ ਕਿ ਇੱਕ ਤਾਂ ਪਤਾ ਲੱਗ ਪੈਂਦਾ ਕਿ ਫਸਲ ਦੇ ਕਿਹੜੇ ਹਿੱਸੇ 'ਚ ਕਿਹੜੇ ਕੀੜੇ ਦਾ ਬਿਮਾਰੀ ਦਾ ਹਮਲਾ, ਦੂਸਰਾ ਪਤਾ ਲੱਗਦਾ ਕਿ ਕਿਤਨਾ ਹਮਲਾ ਬਿਮਾਰੀ ਦਾ, ਤੀਸਰਾ ਸਾਗੂ ਦੇ ਮੌਸਮ ਦੇ ਅਸਰਾਤ ਪਤਾ ਲੱਗਦੇ ਨੇ। ਜਿਹੜਾ ਮੁਸਲਸਲ ਸਾਲਾਂ ਸਾਲ ਪੈਸਟ ਸਕਾਊਟਿੰਗ ਕਰਦੇ ਹਾਂ, ਸਾਗੂ ਪਤਾ ਲੱਗ ਪੈਂਦਾ ਕਿ ਬਾਰਿਸ਼ ਧੁੱਪ ਦਾ ਇਸ ਕੀੜੇ ਅਤੇ ਇਸ ਬਿਮਾਰੀ ਦੇ ਖਿਲਾਫ਼ ਕਿਆ ਰੱਦੇ ਅਮਲ ਹੈ, ਵੀ ਸਾਗੂ ਦੇ ਕਮਜ਼ੋਰ ਹਿੱਸਾਂ ਦੇ ਨਿਸ਼ਾਨਦੇਹੀ ਥੀ ਪੈਂਦੀ ਹੈ। ਸਭ ਤੋਂ ਜਿਹੜਾ ਅਹਿਮ ਫਾਇਦਾ ਹੈ ਕਿ ਅਸੀਂ ਅੰਧਾਧੁੰਦ ਸਪਰੇਅ ਤੋਂ ਬਚ ਪੈਂਦੇ ਹਾਂ। ਅਸੀਂ ਵੀ ਇਹ ਚਾਹੁੰਦੇ ਕਿ ਅਸੀਂ ਕੰਮ ਤੋਂ ਕੰਮ ਸਪਰੇਅ ਕਰੋ ਆਪਣੀ ਫਸਲ ਦਾ ਨੁਕਸਾਨ ਵੀ ਬਚਾ ਕੇ। ਅੱਛਾ ਵਿਕਾਸ ਉਲ ਹਸਨ ਸਾਹਿਬ, ਅਗਰ ਕਿਸੇ ਵੀ ਕਿਸਾਨ ਕੋ ਪਤਾ ਲੱਗਦਾ ਕਿ ਉਹਦੀ ਚਣੇ ਦੀ ਫਸਲ 'ਤੇ ਸੁੰਡੀ ਦਾ ਹਮਲਾ ਠੀਕ ਹੈ ਅਤੇ ਉਹਦੀ ਜਿਹੜੀ ਤਾਦਾਦ ਹੈ ਫੀ ਮੁਰੱਬਾ ਮੀਟਰ ਉਹ 5 ਕੋਲ ਜ਼ਿਆਦਾ ਹੈ, ਤਾਂ ਵੱਧ ਉਹਦੇ 'ਤੇ ਜਿਹੜੇ ਸਪਰੇਅ ਹੈ ਉਹਦਾ ਤਰੀਕੇਕਾਰ, ਉਹਦੀ ਮਿਕਦਾਰ ਅਤੇ ਕਿਹੜੇ ਕਿਹੜੇ ਸਪਰੇਅ ਹਨ ਜਿਹੜੇ ਕਿ ਕਰਨੇ ਚਾਹੀਦੇ ਹਨ, ਜਿਹਦੀ ਵਜ੍ਹਾ ਕੋਲ ਚਣੇ ਦੀ ਫਸਲ ਕੋਲ ਸੁੰਡੀ ਦਾ ਜਿਹੜਾ ਹਮਲਾ ਹੈ ਉਹਦੇ ਕੋਲ ਬਚਾਇਆ ਬਣ ਸਕੇ। ਕੋਈ ਵੀ ਕੰਮ ਕਰਨਾ ਸੋ ਪਹਿਲੇ ਮਨਸੂਬਾਬੰਦੀ ਫਸਲ ਤੋਂ ਪਹਿਲੇ ਕਰਾਉਂਦੇ, ਇਵੇਂ ਇਹਦਾ ਤਦਾਰਕ ਵੀ ਫਸਲ ਲਾਉਣ ਤੋਂ ਪਹਿਲੇ ਸਟਾਰਟ ਥੀ ਪੈਂਦਾ। ਸਭ ਤੋਂ ਪਹਿਲਾਂ ਇਹ ਕਿ ਗਰਮੀਆਂ 'ਚ ਅਸਾਂ ਮੂਨਸੂਨ ਦੀ ਬਾਰਿਸ਼ਾਂ ਤੋਂ ਪਹਿਲੇ ਅਸਾਂ ਕੋਈ ਗਹਿਰਾ ਹਲ ਚਲਾਉਣਾ 2.5 ਫੁੱਟ 'ਤੇ, ਕਿਉਂਕਿ ਜ਼ਮੀਨ ਜਿਹੜੇ ਉਹਦੇ ਮਤਲਬ ਕੋਇਆ ਪਿਆ ਹੁੰਦੇ ਨੇ, ਜਿਹੜੇ ਪਿਊਪੇ ਬੱਚੇ ਪਏ ਹੁੰਦੇ ਨੇ ਉਹ ਬਾਹਰ ਨਿਕਲ ਆ ਸਨ, ਇੱਕ ਤਾਂ ਧੁੱਪ ਲੱਗ ਸੀ ਕੋ ਉਹਦੇ ਨਾਲ ਮਰ ਵੈ ਸਨ, ਦੂਜਾ ਜਿਹੜੇ ਪਰਿੰਦੇ ਆਉਂਦੇ ਨੇ ਕਾਂ ਚਿੜੀਆਂ ਲਾਲੀਆਂ ਇਹਨਾਂ ਕੋ ਖਾ ਪੈਂਦੀਆਂ ਹਨ। ਉੱਥੋਂ ਸਟਾਰਟ ਹੈ। ਦੂਜਾ ਕੰਮ ਆਉਂਦਾ ਹੈ ਕਿ ਅਸਾਂ ਕੋ ਫਸਲ ਦਾ ਹੇਰ ਫੇਰ ਕਰੋ, ਕਿ ਅਗਰ ਸਾਲਾ ਸਾਲ ਇੱਕੇ ਜਾ ਤੇ ਚਣੇ ਦੀ ਫਸਲ ਅਗਰ ਸਾਨੂੰ ਮੁਯਸਰ ਥੀ ਸਕਦੀ ਜ਼ਮੀਨ ਬਈ, ਜਾਂ ਵੀ ਇਹ ਪਲਾਟ ਆਮ ਸਾਨੂੰ ਮਿਲ ਸਕਦੇ ਸੋ ਉੱਥਾਂ ਫਸਲ ਲਾ ਕੇ ਉਹਨੂੰ ਇੱਕ ਸਾਲ ਉੱਤਾਂ ਵੱਧ 2 ਸਾਲ ਬਈ ਜਾ ਤੇ ਇਸ ਤਰ੍ਹਾਂ ਕਰਕੇ। ਤੀਜਾ ਆਉਂਦਾ ਕਿ ਜਿਹੜੇ ਅਸਾਂ ਫਸਲ ਖਤਮ ਥਿਉਣ ਵੇਲੇ ਫਸਲ ਦੇ ਹਿੱਸੇ ਮੁੰਡ ਬਚ ਪੈਂਦੇ ਨੇ, ਅਸਾਂ ਉਹਨਾਂ ਮੁੰਡਾਂ ਕੋ ਫਸਲ ਖਤਮ ਥਿਉਣ ਬਾਅਦ ਖਤਮ ਕਰਨ ਹਲ ਚਲਾ ਕੇ, ਕਿਉਂਕਿ ਉਹਨਾਂ ਮੁੰਡਾਂ ਦੇ ਵਿੱਚ ਪਿਊਪੇ ਰਹਿ ਪੈਂਦੇ ਨੇ, ਔਰ ਪਿਊਪੇ ਅਗਰ ਅਸਾਂ ਹਲ ਚਲਾ ਰਹੇ ਸੋ ਤਾਂ ਉਹਦੇ ਬਾਅਦ ਮਤਲਬ ਉਹਦੇ ਸੂਰਜ ਦੀ ਰੋਸ਼ਨੀ ਨਾਲ ਚਿੜੀਆਂ ਪਰਿੰਦੇ ਵਗੈਰਾ ਕੋ ਖਾ ਪੈ ਸਨ। ਇਸ ਤੋਂ ਇਲਾਵਾ ਆਉਂਦਾ ਕਿ ਅਸਾਂ ਬਈਆਂ ਅਗਰ ਜਿਹੜਾ ਖਾਸ ਹੁੰਦੇ ਪਾਣੀ ਵਾਲੇ ਪਾਸ ਚਣੇ ਲੈਂਦੇ ਨੇ, ਉਹਨਾਂ ਕੋਲ ਚਾਹੀਦੇ ਕਰਾਪ ਰੋਟੇਸ਼ਨ ਫਸਲ ਦਾ ਹੇਰ ਫੇਰ ਕਰ ਸਕਣ, ਉੱਥੋਂ ਚਾਵਲ ਲਾ ਗਏ ਤਾਂ ਉਹ ਕੀੜਾ ਖਤਮ ਥੀ ਪੈਂਦਾ, ਜਾਂ ਬੈਂਗਣ ਲਾ ਗਏ ਉੱਥੋਂ ਬਾਅਦ ਅਗਲੇ ਸਾਲ ਕੀੜਾ ਹਮਲਾ ਨਹੀਂ ਕਰਦਾ। ਇਸ ਤੋਂ ਅੱਗੇ ਹੁੰਦਾ ਕਿ ਅਸੀਂ ਉਹਦੀ ਮੋਨੀਟਰਿੰਗ ਕਰਨੀ ਹੁੰਦੀ ਹੈ ਕਿ ਕੀੜਾ, ਕਿਉਂਕਿ ਪੈਸਟ ਸਕਾਊਟਿੰਗ ਤੋਂ ਪਹਿਲੇ ਮੋਨੀਟਰਿੰਗ ਵੀ ਥੀਂਦੀ ਨਾਲ ਨਾਲ, ਅਗਰ ਅਸੀਂ ਰੋਸ਼ਨੀ ਦਾ ਫੰਦਾ ਲਾ ਗਏ ਉਹਨੂੰ, ਕਿ ਰੋਸ਼ਨੀ ਦਾ ਫੰਦਾ ਕਿਉਂ ਹੁੰਦਾ ਕਿ ਜਿਹੜਾ ਆਮ ਪੀਲਾ ਬਲਬ ਹੈ ਇਹ ਕੋਈ ਲੱਕੜੀ ਨਾਲ ਬੰਨ ਕੇ ਉਹਨੂੰ ਤਲੇ ਜਿਵੇਂ ਦਹੀਂ ਵਾਲਾ ਪਤਰੋਟਾ ਹੁੰਦਾ, ਉਹ ਪਤਰੋਟਾ ਰੱਖ ਛੋੜੋ, ਉਹਦੇ 'ਚ ਪਾਣੀ ਪਾ ਕੇ ਅਤੇ ਮਿੱਟੀ ਦੇ ਤੇਲ ਦੇ ਕੁਝ ਕਤਰੇ ਛੱਡੋ ਤਾਂ ਕਿ ਉਹ ਪਾਣੀ ਉੱਡੇ ਨਹੀਂ। ਰਾਤ ਜਲੇ ਤੀ ਸੀ ਕੁਝ ਜਲੈਸੋਂ ਜਲੇ ਸਾਂ, ਉਹ ਜਿਹੜਾ ਪ੍ਰਵਾਨ ਹੈ ਉਹਨੇ ਟਕਰਾ ਸੀ, ਟਕਰਾ ਕੇ ਸਿੱਧਾ ਪਾਣੀ 'ਚ ਲਠੈ ਪੋ ਸੀ, ਔਰ ਮਰ ਇਹਦੇ ਨਾਲ ਇੱਕ ਤਾਂ ਮੋਨੀਟਰਿੰਗ ਥੀ ਪੈਂਦੀ ਹੈ, ਨਾਲ ਕੰਟਰੋਲ ਵੀ ਥੀਂਦਾ। ਇੱਕੋ ਅਸਾਂ ਅਗਰ ਮੋਨੀਟਰਿੰਗ ਕਰਨੀ ਤਾਂ ਬਹੁਤ ਸਾਰੇ ਏਰੀਆ 'ਚ ਹਿੱਕ ਵੀ ਕਾਫੀ ਹੈ, ਲੇਕਿਨ ਅਗਰ ਅਸਾਂ ਕੰਟਰੋਲ ਕਰਨ ਇਸਤੇਮਾਲ ਕਰਨੇ ਇਸ ਤਰੀਕੇਕਾਰ ਨੂੰ ਤਾਂ ਅਸਾਂ ਹਿੱਕ ਰੋਸ਼ਨੀ ਦਾ ਫੰਦਾ ਹਿੱਕ ਕਿੱਲੇ 'ਚ ਲੈਂਦੇ ਹਾਂ, ਇਹ ਕਿਉਂਕਿ ਨਾਨ ਕੈਮੀਕਲ ਕੰਟਰੋਲ ਮੇਰੇ ਔਰ ਮਾਹੌਲ ਦੋਸਤ ਹਨ, ਇਹ ਤਰੀਕੇ ਪ੍ਰਮੋਟ ਕਰਨ ਦੀ ਬੇਦੁਨੀਆ। ਇਸ ਤੋਂ ਇਲਾਵਾ ਅਗਰ ਅਸਾਂ ਕੈਮੀਕਲ ਕੰਟਰੋਲ 'ਤੇ ਆਉਂਦੇ ਹਾਂ, ਪਹਿਲੀ ਤਰਜੀਹ ਅਸਾਂ ਲੈਂਦੇ ਉਹ ਰਹਿੰਦੇ ਹਾਂ ਬਾਇਓ ਪੈਸਟੀਸਾਈਡ, ਕਿ ਜਿਹੜੇ ਮਤਲਬ ਕੁਦਰਤੀ ਜਿਹੜੇ ਕੁਦਰਤ 'ਚ ਪਏ ਹੁੰਦੇ ਨੇ ਦੀਗਰ ਜਿਹੜੇ ਜਾਨਦਾਰ ਉਹਨਾਂ ਨਾਲ ਬਣਾਏ ਹੁੰਦੇ, ਜਿਹਨਾਂ 'ਚੋਂ ਸਭ ਤੋਂ ਅਹਿਮ ਹੈ ਸਪਾਈਨੋਸੈਡ। ਦੁਬਾਰਾ ਮੈਂ ਦੁਹਰਾ ਦੇਣਾ, ਸਪਾਈਨੋਸੈਡ ਇੱਕ ਬੈਕਟੀਰੀਆ ਤੋਂ ਬਣਾਈ ਗਈ ਹੈ, ਇਹਦੀ ਮਿਕਦਾਰ ਹੈ 20 cc ਜਾਂ 20 ml ਫੀ 100 ਲੀਟਰ ਪਾਣੀ 'ਚ ਮਿਲਾ ਕੇ ਸਪਰੇਅ ਕਰਨਾ ਹੈ। ਇਸ ਤੋਂ ਬਾਅਦ ਇੱਕ ਹੋਰ ਸਪਰੇਅ ਅਸੀਂ ਕਰਦੇ ਹਾਂ IGR ਇਨਸੈਕਟ ਗਰੋਥ ਰੈਗੂਲੇਟਰ, ਇਹਦਾ ਫਾਇਦਾ ਹੈ ਕਿ ਇਹ ਸਿਰਫ ਆਪਣੇ ਟਾਰਗੇਟ ਪੈਸਟ ਘੁੰਮ ਰਹਿੰਦਾ ਹੈ ਔਰ ਮੁਫੀਦ ਕੀੜਾਂ ਦਿੰਦੇ ਨੁਕਸਾਨ ਸਭ ਤੋਂ ਕੰਮ ਆਉਂਦੇ ਹਨ। ਉਹਦੇ ਸਭ ਤੋਂ ਅਹਿਮ ਜਿਹੜਾ ਸਾਡਾ IGR ਹੈ ਚਣੇ ਦੀ ਟਾੜ ਦੀ ਸੁੰਡੀ ਕਣ, ਉਹ ਹੈ ਐਮਾਮੈਕਟਿਨ ਬੈਂਜ਼ੂਏਟ। ਦੁਬਾਰਾ ਮੈਂ ਦੁਹਰਾ ਰਹਿੰਦਾ ਐਮਾਮੈਕਟਿਨ ਬੈਂਜ਼ੂਏਟ, ਇਹਦੀ ਡੋਜ਼ ਮਤਲਬ ਤੁਸੀਂ 250 ml ਫੀ 100 ਲੀਟਰ ਪਾਣੀ 'ਚ ਮਿਲਾ ਕੇ ਸਪਰੇਅ ਕਰਨਾ ਹੈ। ਜਿਹੜੇ ਬਾਕੀ ਕੈਮੀਕਲ ਨੇ ਇਸ ਤੋਂ ਇਲਾਵਾ ਜਿਹੜੇ ਨਾ ਬਾਇਓਪੈਸਟੀਸਾਈਡ ਨਾ IGR ਹਨ, ਉਹ ਹਨ ਫਲੋ ਬੈਂਡੀ ਅਮਾਈਡ। ਦੁਬਾਰਾ ਮੈਂ ਦੁਹਰਾ ਰਹਿੰਦਾ ਫਲੋ ਬੈਂਡੀ ਅਮਾਈਡ 50 ml ਫੀ 100 ਲੀਟਰ ਪਾਣੀ। ਇੱਕ ਹੋਰ ਕੈਮੀਕਲ ਹੈ CTPR ਪਲੱਸ ਥਾਇਆ ਮੈਥੋਕਸਮ, ਇੱਕਾ ਬੋਤਲ 'ਚ ਮਿਕਸ ਹੁੰਦਾ ਹੈ, ਇਹਦੀ ਡੋਜ਼ ਹੈ 80 ml ਫੀ 100 ਲੀਟਰ ਪਾਣੀ। ਇਹ ਮਿਲਾ ਕੇ ਸਪਰੇਅ ਕਰਨੇ ਨੇ, ਲੇਕਿਨ ਥੋੜ੍ਹੀ ਇਹਤਿਆਤੀ ਤਦਾਬੀਰ ਅਖਤਿਆਰ ਕਰਨੀ, ਸਪਰੇਅ ਲੈ ਕੇ ਸਪਰੇਅ ਜਿਹੜੀ ਨੋਜ਼ਲ ਲਾਉਣੀ ਹੈ ਉਹ ਲਾਉਣੀ ਹੈ ਹੋਲੋਕੋਨ, ਜਾਂ ਫੁਆਰੇ ਵਾਲੀ ਨੋਜ਼ਲ ਆਦਨ ਫਾਰਮਰ, ਫੁਆਰੇ ਵਾਲੀ ਨੋਜ਼ਲ ਲਾ ਕੇ ਔਰ ਜਿਹੜੇ ਟੈਂਕੀ 'ਚ ਪਹਿਲੇ ਕੁਝ ਅੱਧੀ ਟੈਂਕੀ ਭਰ ਕੇ ਵੱਧ ਦਵਾਈ ਗਾਤ ਕੇ ਵੱਧ ਪਾਣੀ ਪਾਉਣਾ ਤਾਂ ਕਿ ਸਪਰੇਅ ਸਹੀ ਤਰ੍ਹਾਂ ਮਿਕਸ ਥੀਵੇ ਨੇ। ਇਸੇ ਤਰੀਕੇ ਨਾਲ ਕੈਮੀਕਲ ਕੰਟਰੋਲ ਜਿਹੜਾ ਸਾਡਾ ਪੂਰਾ ਥੀਵੇ ਸੀ। ਜੀ ਸਾਮੀਨ, ਸਰਾਗੀ ਪ੍ਰੋਗਰਾਮ ਵਸਦੀਆਂ ਚੌਕਾਂ 'ਚ ਅੱਜ ਸਾਡੇ ਨਾਲ ਸ਼ਰੀਕੀ ਗੁਫ਼ਤਗੂ ਹਨ ਵਿਕਾਸ ਉਲ ਹਸਨ ਸਾਹਿਬ। ਵਿਕਾਸ ਉਲ ਹਸਨ ਸਾਹਿਬ ਐਗਰੀਕਲਚਰ ਆਫਿਸਰ ਇਨ ਪਲਾਂਟ ਪ੍ਰੋਟੈਕਸ਼ਨ ਜ਼ਿਲ੍ਹਾ ਬੱਖਰ ਵਿੱਚ। ਵਿਕਾਸ ਉਲ ਹਸਨ ਸਾਹਿਬ, ਸਾਹਿਬ ਕੋ ਅੱਜ ਚਣੇ ਦੀ ਜਿਹੜੀ ਟਾਡ ਹੈ ਉਹਦੇ 'ਤੇ ਜਿਹੜਾ ਸੁੰਡੀ ਦਾ ਹਮਲਾ ਆਉਂਦਾ ਹੈ ਉਹਦਾ ਖਾਤਮਾ ਕਿਵੇਂ ਕੀਤਾ ਵਾ ਸਕਦਾ ਹੈ, ਇਹ ਹਵਾਲੇ ਨਾਲ ਸਾਡੇ ਕਿਸਾਨ ਭਰਾਵਾਂ ਕੋ ਮਾਲੂਮਾਤ ਫਰਾਮ ਕਰਿੰਦੇ ਪੈਣ। ਵਿਕਾਸ ਉਲ ਹਸਨ ਸਾਹਿਬ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਰੇਡੀਓ ਪਾਕਿਸਤਾਨ ਡੇਰਾ ਇਸਮਾਇਲ ਖਾਨ ਦੇ ਸਟੂਡੀਓ 'ਚ ਤਸ਼ਰੀਫ ਗਿਨਾ ਹੈ। ਤਮਾਮ ਕਿਸਾਨ ਭਰਾਵਾਂ ਤੋਂ ਮੇਰੀ ਇਹ ਅਰਜ਼ ਹੈ ਕਿ ਆਪਣੀ ਫਸਲ 'ਚ ਬਣ ਕੇ ਦੇਖੋ, ਪੈਸਟ ਸਕਾਊਟਿੰਗ ਕਰੋ ਕਿ ਸੁੰਡੀ ਦਾ ਹਮਲਾ ਥੀਂਦਾ ਪੀਏ ਕਿ ਨਹੀਂ ਥੀਂਦਾ ਪੀਏ, ਅਗਰ ਥੀਂਦਾ ਪੀਏ ਤਾਂ ਬਰ ਵਕਤ ਜਿਹੜੇ ਉਹਦੇ ਕੰਟਰੋਲ ਮਿਹਰ ਦਾਖਤ ਕਰਕੇ ਆਪਣੀ ਪੈਦਾਵਾਰ ਦੇ ਇਜ਼ਾਫਾ ਯਕੀਨੀ ਬਣਾਓ। ਅੱਲਾ ਹਾਫਿਜ਼।